ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਫੇਰ ਸਵਾਗਤ ਹੈ ਸਾਡੇ ਚੈਨਲ ਵਿੱਚ। ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਬਹੁਤ ਟੇਸਟੀ ਅਤੇ ਇੱਕ ਨਵੀਂ ਰੈਸਿਪੀ ਲੈ ਕੇ ਆਏ ਹਾਂ, ਅਤੇ ਇਹ ਸਬਜ਼ੀ ਡੰਡਲਾਂ ਦੀ ਹੈ। ਇਹ ਸਾਡੇ ਕੋਲ ਇੱਥੇ ਇੱਕ ਬਰੋਕਲੀ ਦੇ ਡੰਡਲ ਨੇ, ਇਹਨੂੰ ਅਸੀਂ ਇਸ ਤਰ੍ਹਾਂ ਤੋੜਾਂਗੇ ਅਤੇ ਫਿਰ ਉਹਨੂੰ ਕੱਟਾਂਗੇ। ਇਸ ਵਾਸਤੇ ਅਸੀਂ ਥੋੜ੍ਹੇ ਜਿਹੇ ਡੰਡਲ ਲਏ ਨੇ, ਅਤੇ ਇੱਧਰ ਮਟਰ, ਇੱਧਰ ਜਿੰਜਰ ਗਾਰਲਿਕ ਪੇਸਟ, ਇਹ ਟਮਾਟਰ, ਇਹ ਮੇਥੀ ਅਤੇ ਹੀਂਗ। ਇਹ ਸਾਡੇ ਕੋਲ ਕੁਝ ਗੰਢੇ ਅਤੇ ਹਰੀ ਮਿਰਚ ਹੈ। ਇਹ ਮਸਾਲੇ ਇਹ ਤੁਸੀਂ ਆਪਦੇ ਸਵਾਦ ਅਨੁਸਾਰ ਪਾ ਲਿਓ। ਅਤੇ ਸਾਡੇ ਕੋਲ ਕੜਾਹੀ ਹੈ, ਹੁਣ ਆਪਾਂ ਸ਼ੁਰੂ ਕਰਾਂਗੇ। ਇਹ ਅਸੀਂ ਇਹਦੇ ਵਿੱਚ ਸਰ੍ਹੋਂ ਦਾ ਤੇਲ ਪਾ ਚੁੱਕੇ ਹਾਂ। ਹੁਣ ਸਾਡਾ ਤੇਲ ਗਰਮ ਹੋ ਚੁੱਕਿਆ, ਇਹਦੇ ਵਿੱਚ ਹੁਣ ਆਪਾਂ ਥੋੜ੍ਹੀ ਜਿਹੀ ਹੀਂਗ ਪਾਵਾਂਗੇ, ਫਿਰ ਪਾਵਾਂਗੇ ਥੋੜ੍ਹਾ ਜਿਹਾ ਜੀਰਾ, ਪਿਆਜ਼ ਪਾਵਾਂਗੇ ਹੁਣ, ਅਤੇ ਇਹਨਾਂ ਨੂੰ ਤੜਕਾ ਲਾਵਾਂਗੇ। ਥੋੜ੍ਹਾ ਰੈੱਡ ਹੁੰਦਾ ਭੁੰਨਾਂਗੇ। ਹੁਣ ਜਿੰਜਰ ਗਾਰਲਿਕ ਪੇਸਟ ਪਾਵਾਂਗੇ ਅਤੇ ਉਹਨੂੰ ਥੋੜ੍ਹਾ ਜਿਹਾ ਭੁੰਨਾਂਗੇ। ਹੁਣ ਅਸੀਂ ਪਾਵਾਂਗੇ ਟਮਾਟਰ, ਹੁਣ ਮਟਰ, ਹੁਣ ਪਾਵਾਂਗੇ ਅਸੀਂ ਡੰਡਲ। ਇਹਨੂੰ ਵਧੀਆ ਤਰੀਕੇ ਨਾਲ ਮਿਕਸ ਕਰਾਂਗੇ, ਉਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਹੋ ਜਦੋਂ ਤੱਕ ਉਹ ਪੂਰਾ ਮਿਕਸ ਨਹੀਂ ਹੋ ਜਾਂਦਾ। ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ, ਉਹ ਤੁਸੀਂ ਆਪਣੇ ਸਵਾਦ ਅਨੁਸਾਰ ਪਾਇਓ। ਪਹਿਲਾਂ ਹਲਦੀ, ਫਿਰ ਧਨੀਆ ਪਾਊਡਰ, ਹੁਣ ਗਰਮ ਮਸਾਲਾ, ਅਤੇ ਫਿਰ ਕਾਲੀ ਮਿਰਚ। ਅਤੇ ਥੋੜ੍ਹਾ ਜਿਹਾ ਨਮਕ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ। ਅਸੀਂ ਆਪਣੀ ਸਬਜ਼ੀ ਲੋਹੇ ਦੇ ਕੜਾਹੀਏ ਵਿੱਚ ਬਣਾਉਣੀ ਆ ਕਿ ਕਿਉਂਕਿ ਇਹ ਹੈਲਥ ਵਾਸਤੇ ਚੰਗੀ ਹੁੰਦੀ ਹੈ, ਕਿਉਂਕਿ ਜਿਹੜੀ ਇਸ ਵਿੱਚ ਸਬਜ਼ੀ ਬਣਦੀ ਉਹ ਵੀ ਚੰਗੀ ਬਣਦੀ ਹੈ ਅਤੇ ਉਹ ਵੀ ਹੈਲਥ ਵਾਸਤੇ ਚੰਗੀ ਹੁੰਦੀ ਹੈ। ਹੁਣ ਇਹਨੂੰ ਅਸੀਂ ਢੱਕ ਕੇ ਰੱਖਾਂਗੇ ਤਾਂ ਕਿ ਇਹ ਤਿਆਰ ਹੋ ਜਾਵੇ। ਵੈਸੇ ਹੀ ਤੁਹਾਨੂੰ ਦੇਖਣ ਵਿੱਚ ਵੀ ਟੇਸਟੀ ਲੱਗ ਰਹੀ ਹੋਏਗੀ। ਥੋੜ੍ਹੀ ਥੋੜ੍ਹੀ ਦੇਰ ਬਾਅਦ ਕੜਛੀ ਮਾਰ ਕੇ ਚੈੱਕ ਕਰਦੇ ਰਹੋ ਅਤੇ ਆਪਣੀ ਗੈਸ ਘੱਟ ਹੀ ਰੱਖੋ। 5-7 ਮਿੰਟ ਉਹਨੂੰ ਕੜਛੀ ਨੂੰ ਘੁਮਾਉਂਦੇ। ਹੁਣ ਅਸੀਂ 2-3 ਮਿੰਟਾਂ ਬਾਅਦ ਦੁਬਾਰਾ ਦੇਖਾਂਗੇ। ਸਾਡੀ ਸਬਜ਼ੀ ਆਲਮੋਸਟ ਰੈਡੀ ਹੈ। ਤੁਸੀਂ ਇਸਨੂੰ ਕਿਸੇ ਚੀਜ਼ ਉੱਤੇ ਦੱਬ ਕੇ ਵੀ ਚੈੱਕ ਕਰ ਸਕਦੇ ਹੋ ਜੇ ਉਹ ਫੁੱਲੀ ਹੋਵੇ ਤਾਂ। ਅਸੀਂ ਇਹਨੂੰ ਜ਼ਿਆਦਾ ਨਹੀਂ ਪਕਾਵਾਂਗੇ, ਸਾਡੀ ਸਬਜ਼ੀ ਹੁਣ ਬਣ ਚੁੱਕੀ ਹੈ, ਕਿਉਂਕਿ ਫਿਰ ਇਹਦੇ ਨਿਊਟ੍ਰੀਐਂਟਸ ਖਤਮ ਹੋ ਜਾਂਦੇ ਨੇ। ਇਸ ਵਿੱਚ ਆਪਾਂ ਥੋੜ੍ਹੀ ਜਿਹੀ ਮੇਥੀ ਅਤੇ ਧਨੀਆ ਪਾਵਾਂਗੇ। ਹੁਣ ਇਹਨੂੰ ਚੰਗੀ ਤਰ੍ਹਾਂ ਸ਼ੇਕ ਕਰ ਲਓ ਜਦੋਂ ਤੱਕ ਸਾਰਾ ਕੁਛ ਮਿਕਸ ਨਹੀਂ ਹੁੰਦਾ। ਸਾਡੀ ਸਬਜ਼ੀ ਬਿਲਕੁਲ ਤਿਆਰ ਹੈ। ਹੁਣ ਤੁਸੀਂ ਇਹਨੂੰ ਗਰਮਾ ਗਰਮ ਫੁਲਕੇ ਨਾਲ ਖਾ ਸਕਦੇ ਹੋ। ਦੇਖੋ ਜੀ, ਬਹੁਤ ਟੇਸਟੀ ਲੱਗ ਰਹੀ ਹੈ। ਬਸ ਤੁਸੀਂ ਵੀ ਇਹਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ ਅਤੇ ਖਾ ਕੇ ਆਪਣਾ ਟੇਸਟ ਜ਼ਰੂਰ ਦੱਸਿਓ। ਅਤੇ ਹੁਣ ਵਾਸਤੇ ਬਾਏ ਬਾਏ, ਧੰਨਵਾਦ।